ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ ਗਹਿਲ ਅਤੇ ਤੁਸੀਂ ਦੇਖ ਰਹੇ ਹੋ ਟਰਬਨ ਕਿੰਗ ਪ੍ਰਦੀਪ ਸਿੰਘ ਗਹਿਲ ਯੂਟਿਊਬ ਚੈਨਲ। ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਕਰ ਦਿਓ, ਜੇ ਯੂਟਿਊਬ ਚੈਨਲ 'ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। 3 ਕੁ ਮੀਟਰ ਦਾ ਪਰਨਾ ਅੱਜ ਬੰਨ ਰਹੇ ਹਾਂ ਬਾਈ। ਤੇਜਵੰਤ ਸਿੰਘ ਦਾ ਫੋਨ ਆਇਆ ਆਸਟ੍ਰੇਲੀਆ ਤੋਂ, ਕਹਿੰਦੇ ਨਵੇਂ ਤਰੀਕੇ ਦੇ ਨਾਲ ਬਾਈ ਨੇ ਇੱਕ ਨਵਾਂ ਆਈਡੀਆ ਦਿੱਤਾ ਅਤੇ ਉਹਦੇ 'ਤੇ ਅੱਜ ਵੀਡੀਓ ਆਪਾਂ ਬਣਾਵਾਂਗੇ। ਅਤੇ ਹੁਣ ਤੁਸੀਂ ਧਿਆਨ ਦੇ ਨਾਲ ਦੇਖਣਾ, ਜੂੜਾ ਹਲਕਾ ਜਿਹਾ ਢਿੱਲਾ ਕਰਨਾ, ਹਲਕਾ ਜੀ ਢਿੱਲਾ ਕਰਕੇ ਮਗਰਲੀ ਸਾਈਡ ਨੂੰ ਕਰ ਲੈਣਾ ਹਲਕਾ ਜਿਹਾ, ਠੀਕ ਹੈ ਜੀ। ਅਤੇ ਜੇਕਰ ਮੋਨੇ ਵੀਰ ਵੀਡੀਓ ਦੇਖ ਰਹੇ ਆ ਤਾਂ ਉਹ ਸਿੱਧਾ ਹੀ ਇਸ ਤਰੀਕੇ ਨਾਲ, ਆਹ ਦੇਖੋ ਪਹਿਲੇ ਲੜ ਦੇ ਨਾਲ ਹੀ ਸਿਰ ਢੱਕ ਲੈਣਾ ਇਸ ਤਰੀਕੇ ਦੇ ਨਾਲ, ਠੀਕ ਹੈ ਜੀ। ਇਹ ਢੱਕਿਆ ਗਿਆ ਪਹਿਲੇ ਲੜ ਦੇ ਨਾਲ ਸਿਰ, ਅਤੇ ਇਸ ਤੋਂ ਬਾਅਦ ਕੀ ਹੋਣਾ, ਵਾਲ ਆਪਣੇ ਇਕੱਠੇ ਕਰ ਦੇਣੇ ਆਪਾਂ ਉੱਤੇ, ਅਤੇ ਇਹਦੇ ਬਾਅਦ ਦੇ ਵਿੱਚ ਇੱਥੇ ਸਿਰ ਕਵਰ ਆ, ਇੱਥੇ ਅੰਗੂਠਾ ਲਾਉਣਾ, ਐਵੇਂ ਅੰਗੂਠਾ ਲਾ ਕੇ ਜਿਹੜੇ ਵਾਟ ਆ ਉਹ ਪੈ ਗਏ, ਅਤੇ ਲਾੜ ਆਪਣਾ ਲੱਗ ਗਿਆ। ਸਿਰ ਆਪਣਾ ਪਹਿਲੇ ਲੜ ਦੇ ਨਾਲ ਹੀ ਕਵਰ ਆ, ਜਿਹੜੇ ਭਰਾਵਾਂ ਦਾ ਪਹਿਲਾ ਲਾੜਾ ਖਿਸਕ ਜਾਂਦਾ ਇਸ ਤਰੀਕੇ ਦੇ ਨਾਲ ਬੰਨਿਓ, ਲੜ ਲੁੜ ਕਦੇ ਨਹੀਂ ਖਿਸਕੂਗਾ, ਠੀਕ ਆ। ਇਦੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਫੋਨ ਇੱਧਰ ਕੱਪੜੇ ਨੂੰ ਇਕੱਠਾ ਕਰਕੇ ਇੱਥੋਂ ਲੜ ਥੱਲੇ ਕਰ ਲੈਣਾ, ਠੀਕ ਆ ਜੀ। ਬਹੁਤ ਜ਼ਿਆਦਾ ਭਰਾਵਾਂ ਨੂੰ ਪ੍ਰੋਬਲਮ ਆਉਂਦੀਆਂ ਪਰਨਾ ਬੰਨਣ ਦੇ ਟਾਈਮ, ਸਭ ਤੋਂ ਸਿੰਪਲ ਅਤੇ ਸਾਦਾ ਤਰੀਕਾ ਵੀਰੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਭਰਾ ਇਹ ਵੀਡੀਓ ਦਾ ਲਾਹਾ ਲੈ ਸਕਣ। ਅਤੇ ਇੱਧਰੋਂ ਫਿਰ ਇਕੱਠੀ ਕਰਨੀ ਹੈ ਦੋਵੇਂ ਲੜ ਇਕੱਠੇ ਕਰਕੇ, ਫਿਰ ਇੱਧਰੋਂ ਲੜ ਲੱਗ ਜਾਣਾ ਜੀ ਇੱਧਰ, ਐਵੇਂ ਕਰਕੇ ਇੱਥੋਂ ਕੱਪੜੇ ਨੂੰ ਇਕੱਠਾ ਕਰਨਾ, ਬਿਲਕੁਲ ਦੇਸੀ ਤਰੀਕਾ ਵੀਡੀਓ ਦਾ ਤੁਸੀਂ ਜਿਹੜਾ ਦੇਖ ਰਹੇ ਹੋ। ਅਤੇ ਨਾ ਹੀ ਇਹੋ ਜਿਹੀ ਵੀਡੀਓ ਕਿਸੇ ਨੇ ਪਾਈ ਆ ਅਤੇ ਨਾ ਹੀ ਮੇਰਾ ਭਰਾ ਕੋਈ ਪਾਵੇ, ਕਿਉਂਕਿ ਮੈਨੂੰ ਵੀ ਨਹੀਂ ਇਹ ਚੀਜ਼ ਦਾ ਪਤਾ ਸੀ, ਹੈ ਨਾ। ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਨਾ, ਜੇਕਰ ਤੁਹਾਡੇ ਕੋਲ ਵੀ ਕੋਈ ਵਧੀਆ ਤਰੀਕਾ ਹੈ ਕਿਸੇ ਤੱਕ ਸ਼ੇਅਰ ਕੀਤਾ ਜਾਵੇ, ਹੈ ਨਾ, ਤੁਸੀਂ ਚਾਹੁੰਦੇ ਹੋ ਤਾਂ ਆਪਾਂ ਨੂੰ ਵਟਸਐਪ 'ਤੇ ਮੈਸੇਜ ਕਰ ਲਓ ਚਾਹੇ ਫੋਨ ਕਰ ਲਿਓ, ਆਪਾਂ ਵੱਧ ਤੋਂ ਵੱਧ ਵੀਰਾਂ ਤੱਕ ਵੀਡੀਓ ਪਹੁੰਚਦੀ ਕਰਾਂਗੇ। ਅਤੇ ਇਦੋਂ ਬਾਅਦ ਦੇ ਵਿੱਚ ਫਿਰ ਅਗਲਾ ਲੜ ਲੱਗ ਜੂਗਾ ਜੀ। ਅਤੇ 3 ਕੁ ਮੀਟਰ ਦਾ ਆਪਣਾ ਪਰਨਾ ਇਹ ਤੁਸੀਂ ਦੇਖ ਸਕਦੇ ਹੋ, ਵਧੀਆ ਤਰੀਕੇ ਦੇ ਨਾਲ ਬੰਨਿਆ ਜਾ ਰਿਹਾ। ਅਤੇ ਇਹਦੇ ਤੋਂ ਬਿਨਾਂ ਜੇ ਤੁਸੀਂ ਹੋਰ ਪੱਗ ਬੰਨਦੇ ਟਾਈਮ ਜਾਂ ਪਰਨਾ ਬੰਨਦੇ ਟਾਈਮ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸੇ ਟੌਪਿਕ ਦੇ ਉੱਤੇ ਵੀਡੀਓ ਪਾਵਾਂਗੇ। ਅਤੇ ਦੇਖੋ ਜੀ ਇੱਥੋਂ ਆਪਾਂ ਲਾੜਾ ਥੋੜ੍ਹਾ ਜਿਹਾ ਸਫਾਈ ਕਰਕੇ ਲਾ ਦਾਂਗੇ। ਪਹਿਲਾਂ ਵੀ 1-2 ਭਰਾਵਾਂ ਦੇ ਮੈਸੇਜ ਆਏ ਸੀਗੇ ਕਿ 3 ਮੀਟਰ ਪਰਨੇ ਦੀ ਵੀਡੀਓ ਪਾਓ, ਅਤੇ ਹੁਣ ਆਪਾਂ ਵੀਡੀਓ ਵੀ 4 ਸਟਾਈਲ 'ਚ ਪਾਤੀ, ਹੈ ਨਾ, ਕਿ ਵੀ ਸਿਰਾ ਹੀ ਹੋ ਗਿਆ ਕੰਮ, ਬਹੁਤ ਸੌਖਾ। ਤੁਸੀਂ ਦੇਖੋ ਸਿਰ ਵੀ ਬਿਲਕੁਲ ਕਵਰ ਆ, ਕੰਮ ਜਮ੍ਹਾਂ ਹੋ ਗਿਆ, ਓਕੇ। ਆਹ ਜਿਹੜਾ ਲਾੜਾ ਇਹ ਆਪਾਂ ਬੈਕ ਸਾਈਡ 'ਤੇ ਲਿਜਾ ਕੇ ਜਿਵੇਂ ਆਪਾਂ ਉਹ ਦੂਸਰਾ ਲੜ ਲਾਉਂਦੇ ਨੇ ਪੱਗ ਦੇ ਵਿੱਚ ਲਾਸਟ ਵਾਲਾ, ਉਵੇਂ ਹੀ ਲੱਗ ਜੂਗਾ। ਅਤੇ ਹੁਣ ਲਾਸਟ 'ਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗਾ, ਜਿੰਨੇ ਵੀ ਭਰਾਵਾਂ ਨੇ ਵੀਡੀਓ ਦੇਖੀ ਅਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰੋ, ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਕਿਵੇਂ ਲੱਗੀ ਆਪਣੀ ਇਹ ਵੀਡੀਓ। ਅਤੇ ਪਰਨਾ ਆਪਣਾ ਬੰਨਿਆ ਗਿਆ ਜੀ ਬਹੁਤ ਘੱਟ ਟਾਈਮ ਦੇ ਵਿੱਚ, ਮਿਲਦੇ ਹਾਂ ਹੋਰ ਵੀਡੀਓ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ।